ਸਰਦਾਰ ਸਿੰਘ ਬੈਂਸ ਇਹ ਉਹ ਨਾਮ ਹੈ ਜਿਸਨੇ ਅਮਰੀਕਾ ਦੇ ਵਿੱਚ ਸਿੱਖਾਂ ਨੂੰ ਵੱਡੀ ਪਛਾਣ ਦਿਵਾਈ। $8 ਬੋਝੇ ਵਿੱਚ ਪਾ ਕੇ ਅਮਰੀਕਾ ਪਹੁੰਚੇ ਦੀਦਾਰ ਸਿੰਘ ਬੈਂਸ ਨੇ ਅਮਰੀਕਾ ਦੇ ਵਿੱਚ ਇੱਕ ਵੱਡੇ ਸਿੱਖ ਕਾਰੋਬਾਰੀ ਵਜੋਂ ਆਪਣੀ ਪਛਾਣ ਬਣਾਈ। ਦੀਦਾਰ ਸਿੰਘ ਬੈਂਸ ਨੂੰ ਪੀਚ ਕਿੰਗ ਕਰਕੇ ਜਾਣਿਆ ਜਾਂਦਾ ਸੀ ਕਿਉਂਕਿ ਅਮਰੀਕਾ ਦੀ ਯੂਬਾ ਸਿਟੀ ਦੇ ਵਿੱਚ ਦੀਦਾਰ ਸਿੰਘ ਬੈਂਸ ਨੇ ਆੜੂਆਂ ਦੀ ਖੇਤੀ ਵਿੱਚ ਆਪਣਾ ਵੱਡਾ ਨਾਮ ਕਮਾਇਆ ਸੀ। ਪੰਜਾਬ ਦੇ ਵਿੱਚ ਹੁਸ਼ਿਆਰਪੁਰ ਜ਼ਿਲ੍ਹੇ ਦੇ ਨੰਗਲ ਖੁਰਦ ਨਾਲ ਸੰਬੰਧਿਤ ਦੀਦਾਰ ਸਿੰਘ ਬੈਂਸ 13 ਮਾਰਚ 1958 ਨੂੰ ਅਮਰੀਕਾ ਪਹੁੰਚੇ ਸਨ। ਬੈਂਸ ਤੋਂ ਪਹਿਲਾਂ ਉਹਨਾਂ ਦੇ ਦਾਦਾ ਰਾਮ ਕਰਤਾਰ ਸਿੰਘ 1920 ਦੇ ਵਿੱਚ ਅਮਰੀਕਾ ਦੇ ਕੈਲੀਫੋਰਨੀਆ ਗਏ ਸਨ, ਜਦਕਿ ਪਿਤਾ ਗੋਪਾਲ ਸਿੰਘ 1950 ਦੇ ਵਿੱਚ ਅਮਰੀਕਾ ਪਹੁੰਚੇ ਸੀ। ਪੀਚ ਕਿੰਗ ਵਜੋਂ ਮਸ਼ਹੂਰ ਦੀਦਾਰ ਸਿੰਘ ਬੈਂਸ ਦਾ 84 ਦੀ ਉਮਰ ਦੇ ਵਿੱਚ ਅਮਰੀਕਾ ਵਿੱਚ ਹੀ ਦੇਹਾਂਤ ਹੋ ਗਿਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਦੀਦਾਰ ਸਿੰਘ ਬੈਂਸ ਦੇ ਦੇਹਾਂਤ ਉੱਤੇ ਦੁੱਖ ਦਾ ਪ੍ਰਗਟਾਵਾ ਕੀਤਾ। ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਹੈ ਕਿ ਦੀਦਾਰ ਸਿੰਘ ਬੈਂਸ ਨੇ ਆਪਣੇ ਖੇਤਰ ਵਿੱਚ ਕਾਮਯਾਬੀ ਹਾਸਲ ਕਰਕੇ ਸਿੱਖਾਂ ਦਾ ਮਾਣ ਵਧਾਇਆ। ਅਮਰੀਕਾ ਦੇ ਵਿੱਚ ਸਿੱਖੀ ਪ੍ਰਚਾਰ ਲਈ ਵੀ ਹਮੇਸ਼ਾ ਤਤਪਰ ਰਹਿੰਦੇ ਸਨ। ਉਹਨਾਂ ਦੇ ਚਲਾਣੇ ਦਾ ਬੇਹੱਦ ਅਫਸੋਸ ਹੈ। ਦੀਦਾਰ ਸਿੰਘ ਸਿਰਫ ਇੱਕ ਸਫਲ ਕਿਸਾਨ ਵਜੋਂ ਹੀ ਨਹੀਂ ਜਾਣੇ ਜਾਂਦੇ ਸੀ, ਬਲਕਿ ਅਮਰੀਕਾ ਦੇ ਵਿੱਚ ਸਿੱਖਾਂ ਦੀ ਨੁਮਾਇੰਦਗੀ ਕਰਨ ਦੇ ਵਿੱਚ ਵੀ ਉਹਨਾਂ ਦਾ ਖਾਸਾ ਯੋਗਦਾਨ ਸੀ। ਪੰਜਾਬ ਤੇ ਅਮਰੀਕਾ ਦੇ ਵਿੱਚ 80ਵਿਆਂ ਦੇ ਦੌਰ ਦੇ ਵਿੱਚ ਸਿੱਖ ਸਰਗਰਮੀਆਂ ਦੇ ਵਿੱਚ ਵੀ ਕਾਫੀ ਐਕਟਿਵ ਰਹੇ ਸਨ। ਯੂਬਾ ਸਿਟੀ ਵਿੱਚ ਸਿੱਖ ਪਰੇਡ ਦੀ ਸ਼ੁਰੂਆਤ ਕਰਨ ਦੇ ਵਿੱਚ ਦੀਦਾਰ ਸਿੰਘ ਬੈਂਸ ਨੇ ਅਹਿਮ ਭੂਮਿਕਾ ਨਿਭਾਈ ਸੀ। ਵਰਲਡ ਸਿੱਖ ਆਰਗੇਨਾਈਜੇਸ਼ਨ ਵਰਗੀਆਂ ਸੰਸਥਾਵਾਂ ਦੀ ਸਥਾਪਨਾ ਕਰਨ ਦੇ ਵਿੱਚ ਵੀ ਦੀਦਾਰ ਸਿੰਘ ਦਾ ਵੱਡਾ ਯੋਗਦਾਨ ਸੀ। ਅਮਰੀਕਾ ਦੇ ਵਿੱਚ ਖੇਤੀਬਾੜੀ 'ਚ ਦੀਦਾਰ ਸਿੰਘ ਬੈਂਸ ਦਾ ਸਫ਼ਰ ਕਿਵੇਂ ਸ਼ੁਰੂ ਹੋਇਆ, ਇਸ ਬਾਰੇ ਥੋੜ੍ਹੀ ਜਿਹੀ ਜਾਣਕਾਰੀ ਤੁਹਾਨੂੰ ਦੇ ਦਿੰਦੇ ਹਾਂ ਕਿ ਸ਼ੁਰੂਆਤ ਦੇ ਵਿੱਚ ਉਹਨਾਂ ਨੇ ਖੇਤਾਂ 'ਚ ਮਜ਼ਦੂਰੀ ਕਰਨੀ ਸ਼ੁਰੂ ਕੀਤੀ ਸੀ। ਅਮਰੀਕਾ ਦੇ ਕਿਸਾਨਾਂ ਦੇ ਖੇਤਾਂ ਦੇ ਵਿੱਚ ਉਹ ਮਜ਼ਦੂਰੀ ਕਰਿਆ ਕਰਦੇ ਸੀ। ਉਸ ਵਕਤ ਕੈਲੀਫੋਰਨੀਆ ਦੇ ਵਿੱਚ ਬਹੁਤ ਹੀ ਘੱਟ ਸਿੱਖ ਵਸਦੇ ਸਨ। ਕੰਮ ਕਰਦੇ ਕਰਦੇ ਉਹਨਾਂ ਦਾ ਅਮਰੀਕੀ ਕਿਸਾਨਾਂ ਦੇ ਨਾਲ ਪਿਆਰ ਬਣ ਗਿਆ ਕਿਉਂਕਿ ਉਹ ਕਾਫੀ ਸਖਤ ਮਿਹਨਤ ਕਰਨ ਵਾਲੇ ਇਨਸਾਨ ਸਨ ਤੇ ਅਮਰੀਕਾ ਦੇ ਕਿਸਾਨ ਦੀਦਾਰ ਸਿੰਘ ਨੂੰ ਦੇਖ ਕੇ ਬੜੇ ਹੈਰਾਨ ਹੁੰਦੇ ਸੀ। ਦੀਦਾਰ ਸਿੰਘ ਬੈਂਸ ਨੇ ਸਭ ਤੋਂ ਪਹਿਲਾਂ 26 ਏਕੜ ਜ਼ਮੀਨ ਕੈਲੀਫੋਰਨੀਆ ਦੀ ਯੂਬਾ ਸਿਟੀ ਦੇ ਵਿੱਚ ਖਰੀਦੀ ਸੀ, ਜਿੱਥੇ ਉਹਨਾਂ ਨੇ ਕਣਕ ਬੀਜੀ। ਫਿਰ ਉਹਨਾਂ ਦੀ ਜ਼ਿੰਦਗੀ ਵਿੱਚ ਇੱਕ ਮੋੜ ਅਜਿਹਾ ਆਇਆ ਜਦੋਂ ਉਹ ਫਲਾਂ ਦੀ ਖੇਤੀ ਵੱਲ ਮੁੜ ਗਏ। 1964 ਵਿੱਚ ਦੀਦਾਰ ਸਿੰਘ ਬੈਂਸ ਦਾ ਵਿਆਹ ਉੱਤਰੀ ਅਮਰੀਕਾ ਦੇ ਇੱਕ ਵੱਡੇ ਕਿਸਾਨ ਪਰਿਵਾਰ ਦੀ ਧੀ ਸ਼ਾਂਤੀ ਪੁਨੀਆ ਨਾਲ ਹੋਇਆ। ਵਿਆਹ ਤੋਂ ਇੱਕ ਸਾਲ ਬਾਅਦ 1965 ਦੇ ਵਿੱਚ ਉਹਨਾਂ ਦੇ ਸਹੁਰੇ ਪਰਿਵਾਰ ਨੂੰ ਖੇਤੀਬਾੜੀ ਦੇ ਵਿੱਚ ਕਾਫੀ ਨੁਕਸਾਨ ਹੋਇਆ ਤੇ ਨੁਕਸਾਨ ਅਣਕਿਆਸੇ ਮੀਂਹ ਕਰਕੇ ਹੋਇਆ ਸੀ, ਜਿਵੇਂ ਕਿ ਪੰਜਾਬ ਦੇ ਵਿੱਚ ਵੀ ਫਸਲਾਂ ਮਰ ਜਾਂਦੀਆਂ ਨੇ। ਉਸ ਵਕਤ ਬੈਂਸ ਨੇ ਆਪਣੇ ਸਹੁਰਿਆਂ ਦੀ ਜ਼ਮੀਨ ਨੂੰ ਠੇਕੇ ਤੇ ਲੈ ਲਿਆ ਸੀ। ਪਹਿਲੇ ਸਾਲ ਤਾਂ ਕੋਈ ਮੁਨਾਫਾ ਨਹੀਂ ਹੋਇਆ, ਪਰ ਬਾਅਦ ਵਿੱਚ ਜਦੋਂ ਉਹਨਾਂ ਨੇ ਫਲਾਂ ਦੀ ਖੇਤੀ ਦਾ ਐਕਸਪੈਰੀਮੈਂਟ ਕੀਤਾ ਤਾਂ ਚੰਗਾ ਮੁਨਾਫਾ ਕਮਾਇਆ। ਦੀਦਾਰ ਸਿੰਘ ਬੈਂਸ ਇੰਨੇ ਮਸ਼ਹੂਰ ਹੋ ਗਏ ਕਿ ਚੰਗੀ ਖੇਤੀਬਾੜੀ ਦੇ ਨਾਮ ਕਰਕੇ ਬੈਂਕਾਂ ਨੇ ਬੈਂਸ ਨੂੰ ਕਰਜ਼ਾ ਦੇਣਾ ਸ਼ੁਰੂ ਕਰ ਦਿੱਤਾ, ਜਿਸ ਤੋਂ ਬਾਅਦ ਬੈਂਸ ਦਾ ਕਾਰੋਬਾਰ ਲਗਾਤਾਰ ਵੱਧਦਾ ਹੀ ਗਿਆ। ਇੱਕ ਵੇਲਾ ਅਜਿਹਾ ਆ ਗਿਆ ਸੀ ਜਦੋਂ ਬੈਂਸ 15 ਤੋਂ 20 ਹਜ਼ਾਰ ਏਕੜ ਦੇ ਵਿੱਚ ਖੇਤੀਬਾੜੀ ਕਰਿਆ ਕਰਦੇ ਸੀ, ਪਰ ਬਾਅਦ ਵਿੱਚ ਉਹਨਾਂ ਨੇ ਜ਼ਮੀਨ ਆਪਣੇ ਪੁੱਤਰਾਂ ਵਿੱਚ ਵੰਡ ਦਿੱਤੀ ਸੀ। ਦੀਦਾਰ ਸਿੰਘ ਬੈਂਸ ਨੂੰ ਅਮਰੀਕਾ ਦੇ ਵਿੱਚ ਸਿੱਖਾਂ ਨੂੰ ਜਥੇਬੰਦ ਕਰਨ ਲਈ ਵੀ ਯਾਦ ਕੀਤਾ ਜਾਂਦਾ ਹੈ। ਕੈਲੀਫੋਰਨੀਆ ਦੀ ਯੂਬਾ ਸਿਟੀ ਦੇ ਵਿੱਚ ਖਾਸ ਤੌਰ 'ਤੇ ਉਹ ਸਿੱਖ ਸਰਗਰਮੀਆਂ ਵਿੱਚ ਸਰਗਰਮ ਰਹਿੰਦੇ ਸੀ। ਈਕੋ ਸਿੱਖ ਸੰਸਥਾ ਦੇ ਪ੍ਰਧਾਨ ਡਾਕਟਰ ਰਾਜਵੰਤ ਸਿੰਘ ਮੁਤਾਬਿਕ ਪੀਚ ਕਿੰਗ ਨੇ ਜਿੱਥੇ ਹਜ਼ਾਰਾਂ ਏਕੜ ਵਿੱਚ ਖੇਤੀ ਕਰਕੇ ਆਪਣਾ ਨਾਮ ਕਮਾਇਆ, ਉੱਥੇ ਸਿੱਖਾਂ ਦੇ ਹੱਕਾਂ ਤੇ ਮਨੁੱਖੀ ਅਧਿਕਾਰਾਂ ਦੇ ਲਈ ਆਵਾਜ਼ ਵੀ ਚੁੱਕੀ ਅਤੇ ਅਮਰੀਕਾ ਦੇ ਵਿੱਚ ਸਿੱਖਾਂ ਦਾ ਸਿਆਸੀ ਪ੍ਰਭਾਵ ਵੀ ਬਣਾਇਆ। ਅਮਰੀਕਾ ਦਾ ਪੰਜਾਬੀ ਸਿੱਖ ਭਾਈਚਾਰਾ ਮੰਨਦਾ ਹੈ ਕਿ ਦੀਦਾਰ ਸਿੰਘ ਬੈਂਸ ਦੇ ਚਲੇ ਜਾਣ ਨਾਲ ਇੱਕ ਯੁੱਗ ਦਾ ਅੰਤ ਹੋ ਗਿਆ। ਬਿਊਰੋ ਰਿਪੋਰਟ, ਦ ਖਾਲਸ ਟੀਵੀ।